ਦੇਖੋ ਹਰ ਫੀਲਡ 'ਚ ਹੁਣ ਰੋਜ਼ ਨਵੀਂ ਟੈਕਨੋਲੋਜੀ ਆਉਂਦੀ ਹੈ, ਰੋਜ਼ ਨਵੇਂ ਨਵੇਂ ਆਈਡੀਆਜ਼, ਆਊਟ ਆਫ ਦਾ ਬਾਕਸ ਆਈਡੀਆਜ਼ ਆਉਂਦੇ ਨੇ। AI ਆ ਗਈ ਹੁਣ, ਠੀਕ ਹੈ ਨਾ, ਤੁਸੀਂ ਪੁੱਛ ਲਿਓ ਇਹਨਾਂ ਨੂੰ, ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਸਾਰੇ, AI ਕੀ ਹੁੰਦੀ ਹੈ, ਉਹ ਕਹਿਣਗੇ ਏਅਰ ਇੰਡੀਆ, ਪਤਾ ਹੀ ਨਹੀਂ, ਆਰਟੀਫਿਸ਼ਲ ਇੰਟੈਲੀਜੈਂਸੀ ਦਾ ਪਤਾ ਹੀ ਨਹੀਂ ਵੀ ਕੀ ਹੁੰਦੀ ਹੈ, ਅਪਡੇਟ ਨਹੀਂ ਹੈਗੇ। ਸੋ ਉਹ ਤਾਂ ਉਹੀ ਕਰ ਸਕਦਾ ਹੋਊਗਾ ਜਿਹੜਾ, ਜੇ ਕੋਈ ਨਵੇਂ ਵਿਚਾਰਾਂ ਵਾਲਾ ਹੋਊਗਾ। ਅਸੀਂ ਤਾਂ ਬਹੁਤ ਸਾਰੇ ਆਈਡੀਏ ਜਿਹੜੇ ਨੇ ਨਵੇਂ ਕਰਦੇ ਹਾਂ, ਰੋਜ਼ ਕਰਦੇ ਹਾਂ, ਇਸ ਕਿ ਵੀ ਨਵਾਂ ਖੂਨ ਹੈ, ਨਵੀਂ ਪਾਰਟੀ ਹੈ, ਨਵੇਂ ਵਿਚਾਰ ਨੇ ਲੋਕਾਂ ਨੂੰ। ਨਵੇਂ ਮੁੰਡਿਆਂ ਨੂੰ ਪੁੱਛੋ ਸਟਾਰਟਅਪ ਕਰੋ ਸ਼ੁਰੂ, ਸਟਾਰਟਅਪ ਦੇ ਵਿੱਚ ਬਹੁਤ ਸਾਰਾ ਸਾਡਾ ਕੰਮ ਚੱਲ ਰਿਹਾ ਜੀ, ਬਹੁਤ ਬੱਚੇ ਆ ਰਹੇ ਨੇ, ਬਿਜ਼ਨਸ ਬਲਾਸਟਰ ਕਰ ਰਹੇ ਹਾਂ ਅਸੀਂ ਸਕੂਲਾਂ 'ਚ, ਚਾਰ ਚਾਰ ਪੰਜ ਪੰਜ ਬੱਚਿਆਂ ਨੂੰ 3-3 ਹਜ਼ਾਰ ਰੁਪਇਆ ਦੇ ਕੇ, 5-5, 6-6 ਦੇ ਗਰੁੱਪ ਬਣ ਗਏ, 18-20 ਹਜ਼ਾਰ 'ਚੋਂ ਕੋਈ ਨਾ ਕੋਈ ਆਪਣਾ ਦਿਮਾਗ ਦਾ, 4-5 ਦਿਮਾਗ ਲੜਾਉਂਦੇ ਆਪਣਾ, ਕੋਈ ਨਾ ਕੋਈ ਕਾਰਡ ਕੱਢਦੇ, ਅਸੀਂ ਕੰਪਨੀਆਂ ਨਾਲ ਉਹਨਾਂ ਦੀ ਗੱਲ ਕਰਾਉਂਦੇ ਹਾਂ, 2-2 ਲੱਖ ਰੁਪਈਆਂ ਦੇ ਸਾਈਨ ਹੋ ਰਹੇ ਨੇ ਉਹਨਾਂ ਨਾਲ ਕਿ ਇਹ ਚੀਜ਼ ਸਾਡੀ ਕੰਪਨੀ ਵਾਸਤੇ ਬਣਾਓਗੇ ਤੁਸੀਂ। 8ਵੀਂ 9ਵੀਂ ਕਲਾਸ ਦੇ ਬੱਚੇ ਨੇ ਉਹ, ਆਪਾਂ ਨੂੰ ਇਸ ਲੈਵਲ 'ਤੇ ਜਾਣਾ ਪਊਗਾ ਜੀ।